जहाँ बरकते मिलती हैं, जहाँ बरकते मिलती हैं। आओ खुदावन के घर चले, जहाँ नेमते मिलती हैं, जहाँ नेमते मिलती हैं। आओ खुदावन के घर चले, आओ खुदावन के घर चले। जिड़े हो जाते पाक खुदा दे, उना दे बोझ खुदा ने चुक ले। जिड़े हो जाते ने पाक खुदा दे, उना दे बोझ खुदा ने चुक ले। ओ सब आजाद ने, ओ हुन आजाद ने, ओ सब आजाद ने, ओ हुने आजाद ने। उना दे बोझ खुदा ने चुक ले। जिड़ी हो जाते पाक खुदा दे, उना दे बोझ खुदा ने चुक ले। ਉਹਨਾਂ ਦਾ ਜ਼ਿੰਮੇਵਾਰ ਹੈ ਯੇਸੂ, ਉਹਨਾਂ ਦਾ ਪਹਿਰੇਦਾਰ ਹੈ ਯੇਸੂ, ਉਹਨਾਂ ਦਾ ਗਮਖਾਰ ਹੈ ਯੇਸੂ, ਉਹਨਾਂ ਦਾ ਯਾਰ ਹੈ ਯੇਸੂ। ਉਹਨਾਂ ਦਾ ਜ਼ਿੰਮੇਵਾਰ ਹੈ ਯੇਸੂ, ਉਹਨਾਂ ਦਾ ਪਹਿਰੇਦਾਰ ਹੈ ਯੇਸੂ, ਉਹਨਾਂ ਦਾ ਗਮਖਾਰ ਹੈ ਯੇਸੂ, ਉਹਨਾਂ ਦਾ ਯਾਰ ਹੈ ਯੇਸੂ। ਜਿਹੜੇ ਲੜ ਲੱਗਦੇ ਪਾਕ ਖੁਦਾ ਦੇ, ਖੁਦਾ ਨੇ ਚੁੱਕ ਲਏ। ਜਿਹੜੇ ਹੋ ਜਾਂਦੇ ਪਾਕ ਖੁਦਾ ਦੇ, ਉਹਨਾਂ ਦੇ ਬੋਲ ਖੁਦਾ ਨੇ ਚੁੱਕ ਲਏ। ਉਹਨਾਂ ਦੇ ਬੋਲ ਖੁਦਾ ਨੇ ਚੁੱਕ ਲਏ, ਉਹਨਾਂ ਦੇ ਬੋਲ ਖੁਦਾ ਨੇ ਚੁੱਕ ਲਏ। ਵੇਖੋ ਇੱਕ ਵਫ਼ਾਦਾਰ ਅਤੇ ਸਮਝਦਾਰ ਮੁੱਖ ਸੇਵਕ, ਜਿਸਨੇ ਖੁਦਾ ਨੇ ਆਪਣੇ ਕਾਰੋਬਾਰ ਉੱਤੇ ਮੁਖਤਾਰੀ ਦਿੱਤੀ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਤੇ ਆਮੀਨ। ਸਾਡੇ ਪ੍ਰਭੂ ਯੇਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯੇਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਅੱਜ 19 ਮਾਰਚ ਸੰਤ ਯੂਸਫ ਤਨਗੁਮਾਰੀ ਮਰੀਮ ਦੇ ਪਵਿੱਤਰ ਵਰਦਾ ਤਿਉਹਾਰ ਸਮੁੱਚੀ ਕਲੀਸੀਆ ਮਨਾ ਰਹੀ ਹੈ।
ਸੰਤ ਯੂਸਫ ਸਮੁੱਚ ਗਲੀਸੀਆ ਦਾ ਸਰਪ੍ਰਸਤ ਹੈ, ਨਾਲੇ ਪ੍ਰਭੂ ਯੇਸੂ ਮਸੀਹ ਦਾ ਰਿਕਵਾਲਾ ਪਿਤਾ, ਸਾਡੇ ਲਈ ਬਹੁਤ ਹੀ ਸ਼ਰਧਾ ਨਾਲ ਇਸ ਦਿਨ ਨੂੰ ਮਨਾਉਣ ਦੀ ਅੱਜ ਦੇ ਕਲਾਮ ਦੇ ਵਿੱਚੋਂ ਸਾਨੂੰ ਪਤਾ ਹੋ ਜਾਂਦਾ। ਪਵਿੱਤਰ ਕਲਾਮ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਖੁਦਾ ਨੇ ਜੋ ਵਾਅਦਾ ਕੀਤਾ ਅਬਰਾਹਮ ਦੇ ਕੁਲ ਦੇ ਵਿੱਚੋਂ ਮੁਕਤੀਦਾਤੇ ਨੂੰ ਇਸ ਧਰਤੀ 'ਤੇ ਕੱਲਣ ਦਾ, ਨਾਲੇ ਦਾਊਦ ਦੇ ਕੁਲ ਵਿੱਚੋਂ ਉਹ ਮੁਕਤੀਦਾਤਾ ਇਸ ਦੁਨੀਆ ਵਿੱਚ ਪੈਦਾ ਹੋਇਆ। ਸੰਤ ਮੱਤੀ ਅਤੇ ਸੰਤ ਲੂਕਾ ਪ੍ਰਭੂ ਯੇਸੂ ਮਸੀਹ ਦੇ ਵੰਸ਼ਾਵਲੀ ਨੂੰ ਬਹੁਤ ਸੋਹਣੇ ਢੰਗ ਨਾਲ ਅੰਜੀਲ ਆਉਂਦੇ ਰਾਗੀ ਸਾਨੂੰ ਸਮਝਾਉਣ ਦਾ। ਸੰਤ ਮੱਤੀ ਦੇ ਅਨੁਸਾਰ ਯੂਸਫ ਯਕੂਬ ਦਾ ਪੁੱਤਰ ਸੀ, ਸੰਤ ਲੂਕਾ ਦੇ ਅਨੁਸਾਰ ਯੂਸਫ ਹੇਲੀ ਦਾ ਪੁੱਤਰ ਸਨ। ਵੰਸ਼ਾਵਲੀ ਨੂੰ ਨਜ਼ਦੀਕੀ ਤੌਰ 'ਤੇ ਦੇਖੀਏ ਤਾਂ ਸਾਨੂੰ ਪਤਾ ਹੋ ਜਾਂਦਾ ਕਿ ਦਾਊਦ ਦੇ ਕੁਲ ਵਿੱਚੋਂ ਉਹ ਮੁਕਤੀਦਾਤਾ ਦਾ ਜਨਮ ਹੋਇਆ। ਯੂਸਫ ਇੱਕ ਨੇਕ ਇਨਸਾਨ ਸੀ, ਉਹ ਖੁਦਾ ਪ੍ਰਸਤ ਸਨ ਔਰ ਖੁਦਾ 'ਤੇ ਅਟਲ ਵਿਸ਼ਵਾਸ ਵੀ ਰੱਖਦੇ ਸਨ। ਜਦੋਂ ਅਸੀਂ ਇਸ ਮਹਾਨ ਸੰਤ ਦਾ ਤਿਉਹਾਰ ਮਨਾਉਂਦੇ ਹਾਂ, ਸਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਪਰਖੇ ਵੇਖਣ ਦੀ ਜ਼ਰੂਰਤ ਹੁੰਦਾ ਕਿ ਅਸੀਂ ਕਿੰਨੇ ਕੁ ਨੇਕ ਹੈ, ਕਿੰਨੇ ਕੁ ਇਮਾਨਦਾਰ ਹੈ, ਕਿੰਨੇ ਕੁ ਤਾਬਿਆਦਾਰੀ ਦੇ ਵਿੱਚ ਜ਼ਿੰਦਗੀ ਗੁਜ਼ਾਰਦਾ। ਸੋਚ ਵਿਚਾਰ ਕੇ ਸਾਡੇ ਉਹਨਾਂ ਕਮੀਆਂ ਨੂੰ ਚੇਤੇ ਕਰੀਏ ਅਤੇ ਅਫਸੋਸ ਆਏ ਹੋ ਕੇ ਪ੍ਰਭੂ ਤੋਂ ਮਾਫੀ ਮੰਗੀ। ਪਛਤਾ ਵੀ ਹੋ ਕੇ ਆਖੀਏ ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਪੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਪੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ 'ਤੇ ਦਇਆ ਕਰੇ ਦੇ, ਸਾਡੀਆਂ ਗੁਨਾਹ ਨੂੰ ਮਾਫ਼ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪੰਜਾਵੇ। ਆਮੀਨ। ਹੇ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਹੇ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਹੇ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ।
ਅਸੀਂ ਪ੍ਰਾਰਥਨਾ ਕਰੀਏ। ਇਹ ਪੂਰੀ ਕੁਦਰਤ ਵਾਲੇ ਖੁਦਾ, ਤੂੰ ਆਪਣੀ ਕਲੀਸੀਆ ਦੀ ਸ਼ੁਰੂਆਤੀ ਦੇਖ ਰੇਖ ਦਾ ਕੰਮ ਆਪਣੇ ਵਫ਼ਾਦਾਰ ਸੇਵਕ ਸੰਧੀ ਯੂਸਫ ਨੂੰ ਸੌਂਪ ਦਿੱਤੇ ਸੀ। ਬਖਸ਼ ਦੇ ਕੀ ਉਸ ਦੀ ਸਿਫਾਰਿਸ਼ ਰਾਹੀ ਤੇਰੀ ਕਲੀਸੀਆ
ਲਗਾਤਾਰ ਮਨਿਕੀ ਨਜਾਤ ਦੇ ਪੈਦਾਨ ਦੇ ਜ਼ਾਹਿਰ ਕੀਤੇ ਜਾਣ ਦੀ ਨਿਗਰਾਨੀ ਕਰ ਸਕੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਖੀ, ਜੋ ਤੇਰੇ ਨਾਲ ਰੂਪ ਪਾਕ ਦੀ ਏਕਦਾ ਵਿੱਚ ਇੱਕ ਖੁਦਾ ਜੀਵਨ ਦਾ ਦੇ ਰਾਜ ਕਰਤਾ ਹੈ, ਸਦਾ ਤੋਂ ਸਦਾ ਤਿਕਰ, ਆਮੀਨ। ਪਾਠ ਸਾਮੂਅਲ ਦੇ ਦੂਜੇ ਗ੍ਰੰਥ ਵਿੱਚੋਂ, ਉਸਦਾ 7:4-5 ਆਇਤ, 12-14 ਆਇਤ ਅਤੇ 16 ਆਇਤ। ਪਰ ਉਸ ਰਾਤ ਨਥਾਨ ਨਬੀ ਕੋਲ ਪ੍ਰਭੂ ਦਾ ਇਹ ਸੰਦੇਸ਼ ਦਾਊਦ ਲਈ ਆਇਆ, ਤੂੰ ਜਾ ਕੇ ਮੇਰੇ ਦਾਸ ਦਾਊਦ ਨੂੰ ਕਹਿ, ਤੂੰ ਮੇਰੇ ਲਈ ਘਰ ਨਹੀਂ ਬਣਾਵੇਂਗਾ, ਤੇਰੇ ਮਰਨ ਅਤੇ ਆਪਣੇ ਪੁਰਖਿਆਂ ਕੋਲ ਜਾਣ ਦੇ ਪਿੱਛੋਂ ਮੈਂ ਤੇਰੇ ਇੱਕ ਪੁੱਤਰ ਨੂੰ ਰਾਜਗੱਦੀ ਦੇ ਕੇ ਉਸਦੇ ਰਾਜ ਨੂੰ ਪੱਕਿਆ ਕਰਾਂਗਾ, ਉਹ ਮੇਰੇ ਲਈ ਵੀ ਇੱਕ ਘਰ ਬਣਾਵੇਗਾ ਅਤੇ ਮੈਂ ਉਸਦੀ ਰਾਜਗੱਦੀ ਨੂੰ ਹਮੇਸ਼ਾ ਦੇ ਲਈ ਕਾਇਮ ਕਰਾਂਗਾ, ਮੇਰੇ ਅਤੇ ਉਸ ਵਿੱਚ ਪਿਤਾ ਪੁੱਤਰ ਦਾ ਰਿਸ਼ਤਾ ਹੋਵੇਗਾ, ਇਸ ਦੇ ਲਈ ਉਸ ਦੇ ਗਲਤੀ ਕਰਨ ਉੱਤੇ ਮੈਂ ਪਿਤਾ ਵਾਂਗ ਉਸ ਨੂੰ ਡੰਡੇ ਨਾਲ ਠੀਕ ਕਰਾਂਗਾ, ਸੋ ਤੇਰਾ ਵੰਸ਼ ਅਤੇ ਰਾਜ ਹਮੇਸ਼ਾ ਤੱਕ ਰਹੇਗਾ ਅਤੇ ਤੇਰੀ ਕੁੱਲ ਦਾ ਕਦੀ ਅੰਤ ਨਹੀਂ ਹੋਵੇਗਾ। ਇਹ ਪ੍ਰਭੂ ਦੀ ਪਾਕ ਬਾਣੀ ਹੈ, ਖੁਦਾ ਦਾ ਸ਼ੁਕਰ ਹੋਵੇ। ਰਸੂਲਾਂ ਦੀ ਕਿਤਾਬ 4:13-16-18-22 ਆਇਤ। ਜਦੋਂ ਉਹਨਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ
ਅਤੇ ਇਹ ਜਾਣ ਲਿਆ ਕਿ ਉਹ ਬਿਨਾਂ ਸਿੱਖਿਆ ਦੇ ਸਧਾਰਨ ਮਨੁੱਖ ਹਨ ਤਾਂ ਉਹ ਦੰਗ ਰਹਿ ਗਏ। ਫਿਰ ਉਹਨਾਂ ਨੇ ਪਛਾਣ ਲਿਆ ਕਿ ਉਹ ਯੇਸੂ ਦੇ ਸਾਥੀ ਹਨ। ਅਸੀਂ ਇਹਨਾਂ ਆਦਮੀਆਂ ਦੇ ਨਾਲ ਕੀ ਕਰੀਏ? ਇਹ ਪ੍ਰਤੱਖ ਹੈ ਕਿ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹਨਾਂ ਨੇ ਇਹ ਅਚਰਜ ਨਿਸ਼ਾਨ ਵਿਖਾਇਆ ਹੈ ਅਤੇ ਅਸੀਂ ਇਸ ਦਾ ਇਨਕਾਰ ਨਹੀਂ ਕਰ ਸਕਦੇ। ਫਿਰ ਵੀ ਕਿਤੇ ਇਹ ਜਨਤਾ ਵਿੱਚ ਹੋਰ ਜ਼ਿਆਦਾ ਨਾ ਫੈਲੇ। ਅਸੀਂ ਇਹਨਾਂ ਨੂੰ ਚੇਤਾਵਨੀ ਦੇ ਦੇਈਏ ਕਿ ਅੱਗੇ ਤੋਂ ਇਹ ਇਸ ਨਾਂ ਬਾਰੇ ਕਿਸੇ ਨੂੰ ਕੁਝ ਨਾ ਕਹਿਣ। ਇਸ ਲਈ ਉਹਨਾਂ ਨੇ ਪਤਰਸ ਅਤੇ ਯੂਹੰਨਾ ਨੂੰ ਬੁਲਾ ਕੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਯੇਸੂ ਦੇ ਨਾਮ ਵਿੱਚ ਹਰਗਿਜ਼ ਨਾ ਬੋਲਣ ਅਤੇ ਨਾ ਹੀ ਸਿੱਖਿਆ ਦੇਣ, ਕਿਉਂ ਜੋ ਚੰਗਿਆਈ ਦਾ ਉਹ ਚਮਤਕਾਰ ਜਿਸ ਆਦਮੀ ਲਈ ਕੀਤਾ ਗਿਆ ਸੀ ਉਸ ਦੀ ਉਮਰ 40 ਸਾਲ ਤੋਂ ਜ਼ਿਆਦਾ ਸੀ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮੱਤੀ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਯਕੂਬ ਯੂਸਫ ਦਾ ਪਿਤਾ ਸੀ, ਜਿਸ ਦੀ ਪਤਨੀ ਮਰੀਮ ਤੋਂ ਯੇਸੂ ਪੈਦਾ ਹੋਇਆ ਜੋ ਮਸੀਹ ਅਕਵਾਉਂਦਾ ਹੈ। ਯੇਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਜਦੋਂ ਉਸਦੀ ਮਾਂ ਮਰੀਮ ਦੀ ਮੰਗਣੀ ਯੂਸਫ ਨਾਲ ਹੋਈ ਸੀ, ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਉਹ ਰੂਹ ਪਾਕ ਤੋਂ ਗਰਭਵਤੀ ਹੋਈ। ਉਸ ਦਾ ਪਤੀ ਯੂਸਫ
ਇੱਕ ਧਰਮੀ ਆਦਮੀ ਸੀ ਅਤੇ ਉਹ ਮਰੀਮ ਨੂੰ ਖੁੱਲ੍ਹੇਆਮ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਮਰੀਮ ਨੂੰ ਚੁੱਪ ਚਪੀ ਦੇ ਛੱਡ ਦੇਣ ਦਾ ਫੈਸਲਾ ਕੀਤਾ। ਪਰ ਅਜੇ ਉਹ ਇੰਜ ਸੋਚ ਹੀ ਰਿਹਾ ਸੀ ਤਾਂ ਪ੍ਰਭੂ ਦਾ ਇੱਕ ਫਰਿਸ਼ਤਾ ਉਸਨੂੰ ਸੁਪਨੇ ਵਿੱਚ ਇਹ ਕਹਿੰਦੇ ਹੋਏ ਦਿਖਾਈ ਦਿੱਤਾ, ਯੂਸਫ ਦਾਊਦ ਪੁੱਤਰ, ਮਰੀਮ ਨੂੰ ਆਪਣੀ ਪਤਨੀ ਮੰਨਣ ਤੋਂ ਨਾ ਡਰ, ਕਿਉਂਕਿ ਜੋ ਬੱਚਾ ਉਸਦੀ ਕੁੱਖ ਵਿੱਚ ਹੈ ਉਹ ਰੂਹ ਪਾਕ ਤੋਂ ਹੈ, ਉਹ ਇੱਕ ਬੇਟਾ ਜਨੇਗੀ ਅਤੇ ਤੂੰ ਉਸਦਾ ਨਾਮ ਯੇਸੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤ ਕਰੇਗਾ। ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਨੇ ਜੋ ਨਬੀ ਦੇ ਰਾਗੀ ਆਖਿਆ ਸੀ ਪੂਰਾ ਹੋਏ। ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਬੇਟਾ ਜਨੇਗੀ ਅਤੇ ਉਸਦਾ ਨਾਮ ਇਮਾਨੁਅਲ ਰੱਖਿਆ ਜਾਵੇਗਾ, ਜਿਸ ਦਾ ਅਰਥ ਹੈ ਖੁਦਾ ਸਾਡੇ ਨਾਲ। ਜਦੋਂ ਯੂਸਫ ਨੀਂਦ ਤੋਂ ਜਾਗਿਆ ਤਾਂ ਉਸਨੇ ਪ੍ਰਭੂ ਦੇ ਫਰਿਸ਼ਤੇ ਦੀ ਆਗਿਆ ਅਨੁਸਾਰ ਕੀਤਾ, ਉਹ ਆਪਣੀ ਪਤਨੀ ਨੂੰ ਘਰ ਲੈ ਆਇਆ, ਬੇਟੇ ਨੂੰ ਜਨਮ ਦੇਣ ਤੱਕ ਉਸਨੂੰ ਨਾ ਜਾਣਿਆ ਅਤੇ ਉਸਨੇ ਉਸਦਾ ਨਾਮ ਯੇਸੂ ਰੱਖਿਆ। ਪ੍ਰਭੂ ਦੀ ਅੰਜੀਲ, ਤੇਰੀ ਮਹਿਮਾ ਹੋਵੇ ਐ ਮਸੀਹਾ। ਉਸਦਾ ਪਤੀ ਯੂਸਫ ਇੱਕ ਧਰਮੀ ਆਦਮੀ ਸੀ। ਪ੍ਰਭੂ ਯੇਸੂ ਮਸੀਹ ਵਿੱਚ ਮੇਰੇ ਪਿਆਰੇ ਪ੍ਰਾਪਤ ਭੈਣੋ, ਅੱਜ ਜਦੋਂ ਸਮੁੱਚੀ ਕਲੀਸੀਆ ਸੰਧੀ ਯੂਸਫ ਤੇ ਕੁਮਾਰੀ ਮਰੀਮ ਦੇ ਪਵਿੱਤਰ ਵਰ ਦਾ ਮਹਾਨ ਤਿਉਹਾਰ ਮਨਾ ਰਹੇ ਹੈ, ਪਵਿੱਤਰ ਕਲਾਮ ਦੇ ਵਿੱਚੋਂ ਸਾਨੂੰ ਉਹ ਖੁਸ਼ਖਬਰੀ ਸੁਣਾਇਆ ਗਿਆ ਕਿ ਕਿਸ ਤਰ੍ਹਾਂ ਖੁਦਾ ਨੇ ਨਵੀਆਂ ਦੇ ਰਾਹੀ ਇਹ ਭਵਿੱਖਬਾਣੀ ਕੀਤਾ ਸੀ ਕਿ ਸਮੇਂ ਦੀ ਪੂਰਤੀ ਵਿੱਚ ਉਹਦਾ ਕੱਲਿਆ ਗਿਆ ਮੁਕਤੀਦਾਤਾ ਇਸ ਦੁਨੀਆਂ ਵਿੱਚ ਆਉਣਗੇ, ਉਹ ਖੁਦਾ ਦਾ ਪੁੱਤਰ ਆਖਿਆ ਜਾਣਗੇ, ਉਹ ਦਾਊਦ ਦੇ ਕੁਲ ਵਿੱਚੋਂ ਪੈਦਾ ਹੋਵੇਗਾ। ਖੁਦਾ ਯਹੋਵਾ ਦੁਆਰਾ ਵਾਅਦਾ ਕੀਤਾ ਗਿਆ ਭਵਿੱਖਬਾਣੀ ਉਦੋਂ ਪੂਰਾ ਹੋਇਆ ਜਦੋਂ ਪ੍ਰਭੂ ਯੇਸੂ ਮਸੀਹ ਨਾਸਰਤ ਨਿਵਾਸੀ ਯੂਸਫ ਦੇ ਘਰਾਣੇ ਦੇ ਵਿੱਚ ਜਨਮ ਲਿਆ। ਯੂਸਫ ਦਾ ਵੰਸ਼ਾਵਲੀ ਯੇਸੂ ਮਸੀਹ ਦਾ ਵੰਸ਼ਾਵਲੀ ਹੈ। ਸੰਤ ਮੱਤੀ ਨੇ ਅੱਜ ਦੀ ਅੰਜੀਲ ਦੇ ਵਿੱਚ ਸਾਨੂੰ ਬਹੁਤ ਸੁੰਦਰ ਤਰੀਕਾ ਨਾਲ ਉਹ ਵੰਸ਼ਾਵਲੀ ਦੇ ਅੰਤ ਵਿੱਚ ਯਕੂਬ ਯੂਸਫ ਦਾ ਪਿਤਾ ਸੀ,
ਜਿਸ ਦੀ ਪਤਨੀ ਮਰੀਅਮ ਤੋਂ ਯੇਸੂ ਪੈਦਾ ਹੋਇਆ, ਜੋ ਮਸੀਹ ਅਖਵਾਉਂਦਾ ਹੈ। ਇਹ ਗੱਲ ਨੂੰ ਕਹਿ ਕੇ ਵੰਸ਼ਾਵਲੀ ਨੂੰ ਸਮਾਪਤ ਕਰ ਦਿੱਤਾ ਔਰ ਨਿਯਮਾਨੁਸਾਰ ਐਲਾਨ ਕੀਤਾ ਗਿਆ, ਭਵਿੱਖਬਾਣੀ ਸੱਚਮੁੱਚ ਇਹਨਾਂ ਗੱਲਾਂ ਦੇ ਵਿੱਚ ਪੂਰਾ ਹੁੰਦੇ ਨੂੰ ਕਿਹਾ। ਸੰਤ ਲੂਕਾ ਦੀ ਅੰਜੀਲ ਦੇ ਵਿੱਚ ਵੀ ਯੂਸਫ ਦਾ ਜ਼ਿਕਰ ਹੁੰਦੇ ਨੇ, ਜਿਹਨੂੰ ਪ੍ਰਭ ਯੇਸੂ ਮਸੀਹ ਦਾ ਰੱਖਿਅਕ ਪਿਤਾ ਵੱਲੋਂ ਪਰਿਚੈ ਕੀਤਾ ਜਾਂਦਾ। ਪਰ ਸਿਰਫ ਇੱਕ ਫਰਕ ਹੈ ਕਿ ਉੱਥੇ ਯੂਸਫ ਨੂੰ ਹੇਲੀ ਦਾ ਪੁੱਤਰ ਆਖਿਆ ਜਾਂਦਾ। ਯਹੂਦੀ ਵਿਸ਼ਵਾਸ ਦੇ ਮੁਤਾਬਕ ਦਾਊਦ ਦੇ ਕੁਲ ਵਿੱਚੋਂ ਪੈਦਾ ਹੋਇਆ ਮੁਕਤੀਦਾਤਾ ਯੇਸੂ ਮਸੀਹ ਸਾਰੇ ਮਨੁੱਖ ਜਾਤੀ ਦਾ ਮੁਕਤੀਦਾਤਾ ਹੈ। ਅੱਜ ਦਾ ਦੂਸਰਾ ਪਾਠ ਦੇ ਵਿੱਚ ਚੇਲਿਆਂ ਦੇ ਕਰਤੱਵ ਦੀ ਕਿਤਾਬ ਦੇ ਵਿੱਚੋਂ ਅਸੀਂ ਇਹ ਸੁਣਿਆ ਕਿੰਨੇ ਜੋਸ਼ ਨਾਲ ਪ੍ਰਭੂ ਦੇ ਚੇਲੇ ਪ੍ਰਭੂ ਦੇ ਜੀਵਨ ਅਤੇ ਪੈਂਤੇਕੋਸਤ ਦੇ ਤਿਉਹਾਰ ਤੋਂ ਬਾਅਦ ਪੂਰੇ ਜੋਸ਼ ਨਾਲ ਪ੍ਰਚਾਰ ਕਰਦੇ ਰਹਾ। ਇਹ ਸੁਣ ਕੇ ਜਰੂਸਲਮ ਦੇ ਯਹੂਦੀ ਅਧਿਕਾਰੀ ਘਬਰਾ ਗਏ, ਪਰੇਸ਼ਾਨੀ ਦੇ ਵਿੱਚ ਹੋਏ। ਜਿੱਦਾਂ ਅੱਜ ਕੱਲ੍ਹ ਭਾਰਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਮਸੀਹ ਕੌਮ 'ਤੇ ਹੋ ਰਹੇ ਅਤਿਆਚਾਰਾਂ ਨੂੰ ਅਸੀਂ ਵੇਖਦਾ, ਜਿੱਥੇ ਪ੍ਰਚਾਰਕਾਂ ਨੂੰ ਪ੍ਰਭੂ ਦਾ ਨਾਮ ਲੈਣਾ ਮਨਾ ਕਰਦੇ ਨੇ, ਮਨਾ ਕਰਨ ਦਾ ਗੜਨਾ ਅੱਜ ਸ਼ੁਰੂ ਨਹੀਂ ਹੋਇਆ। ਪ੍ਰਭੂ ਯੇਸੂ ਮਸੀਹ ਦੇ ਪੈਰੋਕਾਰਾਂ ਦੇ ਸਮੇਂ ਤੋਂ ਚਲੇ ਆ ਰਹੇ ਇਸ ਦੁਨੀਆ ਦਾ ਹਾਲਤ ਹੈ। ਨੇਰੇ ਦੀਆਂ ਸ਼ਕਤੀਆਂ ਸੱਚਾਈ ਦੀ ਰੋਸ਼ਨੀ ਨੂੰ ਲੁਕਾਉਣਾ ਚਾਹਤੇ ਨੇ, ਉਸ ਜੋਤ ਨੂੰ ਬੁਝਾਉਣਾ ਚਾਹਤੇ ਨੇ ਜਿਹੜਾ ਇਸ ਦੁਨੀਆ ਵਿੱਚ ਚਾਨਣ ਬਣ ਕੇ ਆਇਆ। ਅੱਜ ਜਦੋਂ ਮਸੀਹ ਸੰਧੀ ਯੂਸਫ ਦੇ ਤਿਉਹਾਰ ਮਨਾਉਣ ਦੇ ਹੋਏ ਉਸ ਮਹਾਨ ਸੰਤ ਦੇ ਬਾਰੇ ਵਿਚਾਰ ਕਰੇਗਾ, ਸਾਨੂੰ ਪਤਾ ਯੂਸਫ ਦੇ ਬਾਰੇ ਪਵਿੱਤਰ ਬਾਈਬਲ ਦੇ ਵਿੱਚ ਜ਼ਿਆਦਾ ਜ਼ਿਕਰ ਨਹੀਂ ਹੈ। ਪਰ ਪ੍ਰਭੂ ਯੇਸੂ ਮਸੀਹ ਦਾ ਜਨਮ ਦਾ ਸਮਾਂ, ਖਾਸ ਕਰਕੇ ਯੂਸਫ ਦਾ ਬਾਰੇ ਦੱਸਿਆ ਜਾਂਦਾ, ਕਿੱਦਾਂ ਉਹ ਇੱਕ ਧਰਮੀ ਆਦਮੀ ਹੋਣ ਦੇ ਕਾਰਨ ਖੁਦਾ ਦੇ ਫਰਿਸ਼ਤੇ ਦੀ ਸੁਨੇਹਾ ਸੁਣ ਕੇ ਉਹਦਾ ਮਨ ਵਿੱਚੋਂ ਹਰ ਤਰ੍ਹਾਂ ਦਾ ਸ਼ੱਕ ਨੂੰ ਦੂਰ ਕਰਕੇ ਖੁਦਾ 'ਤੇ ਵਿਸ਼ਵਾਸ ਕਰਨ ਲਈ ਔਰ ਉਹ ਵਿਸ਼ਵਾਸ ਦੇ ਮੁਤਾਬਕ ਆਪਣੇ ਮੰਗੇਦਾਰ ਮਰੀਅਮ ਨੂੰ ਕਰ ਲਾਉਣ ਲਈ ਤਿਆਰ ਹੋ ਜਾਂਦੇ ਨੇ। ਪਹਿਲੇ ਤੋਂ ਉਹਨੇ ਸੋਚਿਆ ਸੀ ਕਿ ਉਹਨੂੰ ਛੁਪ ਛੁਪੀ ਦੇ ਛੱਡ ਦੇ, ਪਰ ਸੁਪਨੇ ਵਿੱਚ
ਫਰਿਸ਼ਤੇ ਦਾ ਸੁਨੇਹਾ ਸੁਣ ਕੇ ਫਰਿਸ਼ਤੇ ਨੇ ਕਿਹਾ, ਯੂਸਫ ਦਾਊਦ ਦੇ ਪੁੱਤਰ ਮਰੀਮ ਨੂੰ ਆਪਣੀ ਪਤਨੀ ਮੰਨਣ ਤੋਂ ਨਾ ਡਰ, ਕਿਉਂਕਿ ਜੋ ਬੱਚਾ ਉਸ ਦੀ ਕੁੱਖ ਵਿੱਚ ਹੈ ਉਹ ਰੂਹ ਪਾਕ ਤੋਂ ਹੈ। ਇਹ ਖੁਸ਼ਖਬਰੀ ਯੂਸਫ ਨੇ ਤਾਬਿਆਦਾਰੀ ਨਾਲ ਸਵਾਗਤ ਕੀਤਾ, ਸਵੀਕਾਰ ਕੀਤਾ। ਇਹ ਘਰ ਧਰਮੀ ਆਦਮੀ ਹੋਣ ਦੇ ਕਾਰਨ ਉਹਨੇ ਖੁਦਾ ਦਾ ਇਸ਼ਾਰੇ 'ਤੇ ਚੱਲਣ ਲਈ ਸਦਾ ਤਿਆਰ ਵੀ ਰਿਹਾ। ਜਦੋਂ ਬੱਚੇ ਦਾ ਜਨਮ ਹੋਇਆ, ਹੇਰੋਦੇਸ ਬਾਦਸ਼ਾਹ ਉਸ ਬੱਚੇ ਨੂੰ ਕਤਲ ਕਰਨ ਦਾ ਯੋਜਨਾ ਬਣਾਈ ਸੀ। ਯੂਸਫ ਨੂੰ ਦੁਬਾਰਾ ਫਰਿਸ਼ਤੇ ਨੇ ਸੁਨੇਹਾ ਦਿੱਤਾ ਕਿ ਉਹ ਬੱਚੇ ਨੂੰ ਮਾਰਨ ਲਈ ਯੋਜਨਾ ਬਣਾ ਰਹੇ ਨੇ। ਇਸ ਲਈ ਫਰਿਸ਼ਤੇ ਦਾ ਨਿਰਦੇਸ਼ ਮੁਤਾਬਕ ਯੂਸਫ ਬੱਚੇ ਨੂੰ ਲੈ ਕੇ ਮਿਸ਼ਰ ਦੇਸ਼ ਦੇ ਵਿੱਚ ਜਾਂਦਾ, ਉਹ ਵੀ ਕਲਾਮ ਦੀ ਪੂਰਤੀ ਲਈ ਸੀ। ਯੂਸਫ ਜਦੋਂ ਹੇਰੋਦੇਸ ਬਾਦਸ਼ਾਹ ਦਾ ਮੌਤ ਹੋ ਜਾਂਦਾ ਤਾਂ ਵਾਪਸ ਆਉਣ ਦਾ ਤਿਆਰੀ ਕੀਤਾ। ਫਿਰ ਵੀ ਜਦੋਂ ਉਹਨੂੰ ਪਤਾ ਚੱਲਿਆ ਕਿ ਉਹਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਰਾਜਾ ਬਣਿਆ ਹੈ, ਇਸ ਲਈ ਉਹ ਬੈਥਲਹਿਮ ਦੇ ਵਿੱਚ ਜਾਣਾ ਨਹੀਂ ਚਾਹਤਾ ਸੀ, ਇਸ ਲਈ ਨਾਸਰਤ ਦੇ ਵਿੱਚ ਜਾ ਕੇ ਰਿਹਾ। ਯੂਸਫ ਨੂੰ ਅਸੀਂ ਆਖਰੀ ਵਾਰ ਉਦੋਂ ਵੇਖਦਾ ਜਦੋਂ ਪ੍ਰਭੂ ਯਿਸੂ ਮਸੀਹ 12 ਸਾਲਾਂ ਦੇ ਉਮਰ ਵਾਲਾ ਇੱਕ ਬੱਚਾ ਸੀ। ਪਾਸਕਾ ਦਾ ਸਮਾਂ ਯੂਸਫ ਅਤੇ ਮਰੀਮ ਯਿਸੂ ਨੂੰ ਲੈ ਕੇ ਜਰੂਸਲਮ ਮੰਦਿਰ ਦੇ ਵਿੱਚ ਤੀਰਥ ਯਾਤਰੀ ਬਣ ਕੇ ਜਾਂਦੇ ਨੇ, ਔਰ ਵਾਪਸ ਆਉਂਦੇ ਸਮਾਂ ਬੱਚਾ ਰਹਿ ਗਿਆ। ਉਹ ਜਰੂਸਲਮ ਮੰਦਿਰ ਦੇ ਵਿੱਚ ਰਹਿ ਗਿਆ, ਪਰ ਉਹਨਾਂ ਨੂੰ ਪਤਾ ਨਹੀਂ ਚੱਲਿਆ। ਇੱਕ ਦਿਨ ਦੇ ਬਾਅਦ ਜਦੋਂ ਪਤਾ ਹੋਇਆ, ਉਹਨਾਂ ਲੱਭਣਾ ਸ਼ੁਰੂ ਕੀਤਾ, ਮੁੜ ਜਰੂਸਲਮ ਮੰਦਿਰ ਦੇ ਵਿੱਚ ਪਹੁੰਚਿਆ। ਜਦੋਂ ਉੱਥੇ ਪਹੁੰਚਿਆ ਉਹਨਾਂ ਨੇ ਵੇਖਿਆ ਕਿ ਬਾਲਗ ਯਿਸੂ ਜੋ 12 ਸਾਲਾਂ ਦਾ ਸੀ ਪੰਡਿਤਾਂ ਦੇ ਨਾਲ ਬੈਠ ਕੇ ਗੱਲਾਂ ਕਰਦੇ ਨੂੰ, ਕਲਾਮ ਦੀਆਂ ਗੱਲਾਂ ਉਹਨਾਂ ਨਾਲ ਸਵਾਲ ਕਰਦੇ ਨੂੰ, ਉਹਨਾਂ ਦੇ ਨਾਲ ਵਾਰਤਾ ਕਰਦੇ ਨੂੰ। ਆਖਰੀ ਵਾਰ ਯੂਸਫ ਨੂੰ ਅੰਜੀਲ ਦੇ ਵਿੱਚ ਸਾਨੂੰ ਉਦੋਂ ਮਿਲਦੇ ਨੇ। ਉਹਦੇ ਬਾਅਦ ਪਤਾ ਨਹੀਂ ਹੁੰਦਾ ਕਿ ਯੂਸਫ ਦੇ ਨਾਲ ਕੀ ਹੋਇਆ। ਰਵਾਇਤ ਦੇ ਮੁਤਾਬਕ ਯੂਸਫ ਕਰੀਬਨ 111 ਸਾਲ ਦੇ ਉਮਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਸੇਵਕਾਈ ਦਾ ਕੰਮ ਸ਼ੁਰੂ ਕਰਨ ਤੋਂ ਪਹਿਲੇ ਯੂਸਫ ਦਾ ਮੌਤ ਹੋ ਚੁੱਕਾ ਸੀ। ਸੰਤ ਯੂਸਫ ਕਲੀਸੀਆ ਦਾ ਸਰਪ੍ਰਸਤ ਹੈ। ਸੰਤ ਯੂਸਫ ਨੂੰ ਸੰਤ ਪਾਪਾ ਪੀਓਸ 12ਵੀਂ ਨੇ 1955 ਦੇ ਵਿੱਚ ਸਮੁੱਚੀ ਕਲੀਸੀਆ ਦਾ ਸਰਪ੍ਰਸਤ ਘੋਸ਼ਿਤ ਕੀਤਾ। ਉਹ ਸੰਤ ਯੂਸਫ ਅੱਜ ਸਿਰਫ ਸਮੁੱਚੀ ਕਲੀਸੀਆ ਦਾ ਸਰਪ੍ਰਸਤ ਨਹੀਂ, ਸਮਰਪਿਤਾਂ ਦਾ ਰੱਖਿਅਕ ਵਿਦਾ ਮੰਨਿਆ ਜਾਂਦਾ।
ਉਹ ਯੂਸਫ ਮਜ਼ਦੂਰਾਂ ਦਾ ਵੀ ਸਰਪ੍ਰਸਤ ਹੈ, ਮਜ਼ਦੂਰਾਂ ਦਾ ਸਰਪ੍ਰਸਤ ਦਾ ਐਲਾਨ ਹੈ। ਸੰਤ ਪਾਪਾ ਪੀਓਸ 12ਵੀਂ ਨੇ 1955 ਦੇ ਵਿੱਚ ਐਲਾਨ ਕੀਤਾ। ਜਦੋਂ ਅਸੀਂ ਸੰਧੀ ਯੂਸਫ ਨੂੰ ਇੱਕ ਰੇਖਿਕ ਦੇ ਰੂਪ ਵਿੱਚ ਵੇਖਦਾ ਹਾਂ, ਮਿਹਨਤੀ ਬਣ ਕੇ ਜ਼ਿੰਦਗੀ ਗੁਜ਼ਾਰਨ ਵਾਲਾ ਦੇਖਦੇ ਹਾਂ, ਸਭ ਤੋਂ ਜ਼ਿਆਦਾ ਉਹਨੂੰ ਧਰਮੀ ਆ ਕੇ ਪੁਕਾਰਨ ਲਈ ਅਸੀਂ ਖੁਸ਼ ਰਹਿੰਦੇ ਹਾਂ। ਸਮੁੱਚੀ ਕਲੀਸੀਆ ਲਈ ਰੇਖਿਕ ਹੋਣ ਦੇ ਨਾਤੇ ਉਹ ਸਾਡੇ ਲਈ ਇੱਕ ਸਰਪ੍ਰਸਤ ਹੈ, ਸਾਡੇ ਪਰਿਵਾਰਿਕ ਜ਼ਿੰਦਗੀ ਦੇ ਵਿੱਚ ਵੀ। ਨਸਰਤ ਦਾ ਪਰਿਵਾਰ ਇੱਕ ਪਾਕ ਖਾਨਦਾਨ ਹੈ ਮੰਨਿਆ ਜਾਂਦਾ। ਉਹ ਖਾਨਦਾਨ ਦੇ ਆਗੂ ਯੂਸਫ ਹਰੇਕ ਪਿਤਾ ਲਈ ਆਪਣੇ ਪਰਿਵਾਰਿਕ ਜ਼ਿੰਦਗੀ ਦੇ ਵਿੱਚ ਧਰਮੀ ਬਣ ਕੇ, ਖੁਦਾਪ੍ਰਸਤ ਬਣ ਕੇ, ਖੁਦਾ ਦੇ ਸਿੱਖਿਆਵਾਂ 'ਤੇ ਵਿਸ਼ਵਾਸ ਰੱਖ ਕੇ ਚੱਲਣ ਲਈ ਪ੍ਰੇਰਣਾ ਵੀ ਦੇਣ ਵਾਲਾ ਹੈ। ਆਈ ਅਸੀਂ ਸਰਵਸ਼ਕਤੀਮਾਨ ਖੁਦਾ ਅੱਗੇ ਪ੍ਰਾਰਥਨਾ ਕਰੇ, ਜਿੰਨੇ ਨੇਕ ਇਨਸਾਨ ਧਰਮੀ ਇਨਸਾਨ ਯੂਸਫ ਨੂੰ ਚੁਣ ਕੇ ਪ੍ਰਭੂ ਯੇਸੂ ਮਸੀਹ ਲਈ ਰਿਖ ਵਾਲਾ ਪਿਤਾ ਬਣਾਇਆ, ਉਹ ਸਾਨੂੰ ਵੀ ਮਦਦ ਕਰਨ ਵਾਲਾ ਮਦਦਗਾਰ ਬਣਾਵੇ। ਅਸੀਂ ਸਾਰੇ ਖੜੇ ਹੋ ਕੇ ਆਪਣਾ ਵਿਸ਼ਵਾਸ ਨੂੰ ਐਲਾਨ ਕਰੀਏ। ਰਸੂਲਾਂ ਦਾ ਕਲਮਾ, ਮੈਂ ਖੁਦਾ ਉੱਤੇ ਇਮਾਨ ਰੱਖਦਾ ਹਾਂ ਜਿਹੜਾ ਬਾਪ ਪੂਰੀ ਕੁਦਰਤ ਵਾਲਾ ਆਸਮਾਨ ਅਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਉੱਤੇ ਇਮਾਨ ਰੱਖਦਾ ਹਾਂ ਜਿਹੜਾ ਉਸ ਦਾ ਇਕਲੌਤਾ ਬੇਟਾ ਅਤੇ ਸਾਡਾ ਖੁਦਾਵੰਦ ਹੈ। ਉਹ ਰੂਹ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਅਮ ਦੇ ਗਰਭ ਵਿੱਚ ਪਿਆ, ਉਸ ਤੋਂ ਜੰਮਿਆ, ਉਸਨੇ ਪੈਂਤੁਸ ਪਿਲਾਤੁਸ ਦੇ ਹੱਥ ਵਿੱਚ ਦੁੱਖ ਉਠਾਇਆ, ਸਲੀਬ ਉੱਤੇ ਚਾੜਿਆ ਗਿਆ, ਮਰ ਗਿਆ ਤੇ ਦੱਬਿਆ ਗਿਆ, ਵਰਜਨ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ, ਅਸਮਾਨ ਉੱਤੇ ਚੜ ਗਿਆ, ਖੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਹੱਥ ਜਾ ਬੈਠਾ, ਜਿੱਥੋਂ ਜਿਉਂਦਿਆਂ ਤੇ ਮੁਰਦਿਆਂ ਦਾ ਇਨਸਾਫ਼ ਕਰਨ ਲਈ ਫਿਰ ਆਵੇਗਾ। ਮੈਂ ਇਮਾਨ ਰੱਖਦਾ ਹਾਂ ਰੂਹ ਪਾਕ ਉੱਤੇ, ਇੱਕ ਪਾਕ ਕੈਥੋਲਿਕ ਕਲੀਸੀਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫ਼ੀ, ਜਿਸਮ ਦਾ ਜੀ ਉੱਠਣਾ, ਹਮੇਸ਼ਾ ਦੀ ਜ਼ਿੰਦਗੀ ਉੱਤੇ ਆਮੇਨ।
ਪਿਆਰਿਓ ਪ੍ਰਾਰਥਨਾ ਕਰੋ ਤਾਂ ਕਿ ਸਰਵ ਸ਼ਕਤੀਮਾਨ ਖੁਦਾ ਬਾਪ ਸਾਡੇ ਕੁਰਬਾਨੀ ਨੂੰ ਪਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੇ ਪ੍ਰਭੂ, ਜਿਸ ਤਰ੍ਹਾਂ ਸੰਧੀ ਯੂਸਫ ਨੇ ਬੜੇ ਪਿਆਰ ਨਾਲ ਕੁਆਰੀ ਮਰੀਅਮ ਤੋਂ ਜਨਮੇ ਤੇਰੇ ਤੋਂ ਉਤਪੰਨ ਇਕਲੌਤੇ ਬੇਟੇ ਦੀ ਸੇਵਾ ਕੀਤੀ, ਬਖਸ਼ ਦੇ ਕਿ ਅਸੀਂ ਤੇਰੇ ਪਾਕ ਅਲਤਾਰ ਉੱਤੇ ਸਾਫ ਦਿਲ ਨਾਲ ਸੇਵਾ ਕਰੀਏ, ਸਾਡੇ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਹੇ ਪ੍ਰਭੂ, ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਦੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗੀ ਹੈ। ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਦੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਅੱਜ ਸੰਧੀ ਯੂਸਫ ਦਾ ਤਿਉਹਾਰ ਉੱਤੇ ਅਸੀਂ ਤੇਰੀ ਮਹਿਮਾ ਕਰਦੇ ਹਾਂ। ਯੂਸਫ ਉਹ ਧਰਮੀ ਸਿਆਣਾ ਅਤੇ ਵਫ਼ਾਦਾਰ ਸੇਵਕ ਹੈ ਜਿਸ ਨੂੰ ਤੂੰ ਆਪਣੇ ਪਾਕ ਖਾਨਦਾਨ ਦਾ ਮੁਖੀਆ ਨਿਯੁਕਤ ਕੀਤਾ। ਉਸਨੇ ਖੁਦਾ ਦੀ ਮਾਂ ਕੁਮਾਰੀ ਮਰੀਮ ਨੂੰ ਇੱਕ ਪਦੀ ਦਾ ਸੱਚਾ ਅਤੇ ਸੁੱਚਾ ਪਿਆਰ ਦੇ ਕੇ ਖੁਸ਼ ਰੱਖਿਆ। ਉਸਨੇ ਬਾਪ ਦੇ ਪਿਆਰ ਨਾਲ ਤੇਰੇ ਬੇਟੇ ਦੀ ਨਿਗਰਾਨੀ ਕੀਤੀ, ਜਿਸਨੇ ਰੂਹ ਪਾਕ ਨਾਲ ਦੇਹਦਾਰੀ ਹੋ ਕੇ ਕੁਵਾਰੀ ਮਰੀਅਮ ਤੋਂ ਜਨਮ ਲਿਆ। ਇਸ ਲਈ ਖੁਸ਼ੀ ਦੇ ਇਸ ਦਿਨ ਅਸੀਂ ਆਨੰਦ ਭਰੇ ਦਿਲਾਂ ਨਾਲ ਫਰਿਸ਼ਤਿਆਂ ਦੇ ਸੰਗੀ ਦੇ ਜਥਿਆਂ ਨਾਲ ਮਿਲ ਕੇ ਤੇਰੀ ਵਡਿਆਈ ਦਾ ਗੀਤ ਗਾਉਂਦੇ ਹਾਂ। ਇਹ ਪੁਕਾਰਦੇ ਹੋਏ ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਹੇ ਪ੍ਰਭੂ, ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਦੇ ਰੂਹ ਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਦੇ ਪਾ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਛੱਡਦੇ ਸੂਰਜ ਤੋਂ ਲੈ ਕੇ ਲੈਂਦੇ ਤੱਕ ਇੱਕ ਸ਼ੁੱਧ ਕੁਰਬਾਨੀ
ਤੇਰੇ ਪਵਿੱਤਰ ਨਾਮ ਦੇ ਲਈ ਚੜ੍ਹਾਈ ਜਾਵੇ। ਇਸ ਲਈ ਇਹ ਪ੍ਰਭੂ ਅਸੀਂ ਗਲੀਮੀ ਨਾਲ ਤੇਰੀ ਅੱਗੇ ਮਿੰਨਤ ਕਰਦੇ ਹਾਂ, ਆਪਣੀ ਮਿਹਰ ਨਾਲ ਇਹ ਰੂਪ ਪਾਕ ਦੇ ਰਾਹ ਇਹਨਾਂ ਨਜ਼ਰਾਨੀਆਂ ਨੇ ਪਵਿੱਤਰ ਕਰ, ਜੋ ਅਸੀਂ ਤੇਰੇ ਪਾਕ ਜੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਵਦਨ ਦੇ ਲਗੋ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਨਾਮ ਪੈਦਾਨ ਮਨਾਉਂਦੇ ਹਾਂ। ਜਿਸ ਰਾਤ ਉਸਦਾ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ ਤੇਰਾ ਧੰਨਵਾਦ ਕਰਦੀਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ ਤੁਸੀਂ ਸਾਰੇ ਲੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਵਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦੀਆਂ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ ਤੁਸੀਂ ਸਾਰੇ ਲੋਹ ਦੇ ਇਸ ਵਿੱਚੋਂ ਪੀਵੋ, ਕਿਉਂ ਜੋ ਇਹ ਮੇਰਾ ਲਹੂ ਦਾ ਪਿਆਲਾ ਨਵੇਂ ਦੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਦੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਬਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਿਰਿਆ ਕਰੋ। ਈਮਾਨ ਦਾ ਪੇਦ ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਸ ਲਈ ਇਹ ਪ੍ਰਭੂ ਅਸੀਂ ਤੇਰੇ ਬੇਟੇ ਦੇ ਮੁਕਤੀਗਾਰੀ ਦੁੱਖ ਭੋਗ ਉਸ ਤੇ ਜਲਾਲੀ ਜੀ ਉੱਠਣ ਅਤੇ ਸੁਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਤੇ ਦੂਜੀ ਵਰਾਵ ਨੂੰ ਠੀਕਦੇ ਹੋਏ ਤੇਰਾ ਧੰਨਵਾਦ ਕਰਦੀ ਹਾਂ। ਇਹ ਜੀਵਨ ਦੀ ਅਤੇ ਪਵਿੱਤਰ ਗੁਰਬਾਣੀ ਤੇ ਚੜ੍ਹਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਓ ਤੇ ਨਜ਼ਰ ਕਰ ਅਤੇ ਇਸ ਕੁਰਬਾਨ ਵੇਲੇ ਨੂੰ ਬਜਾਣ ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ। ਬਖਸ਼ ਦੇ ਕੇ ਅਸੀਂ ਤੇਰੇ ਬੇਟੇ ਦੇ ਬਦਨ ਦੇ ਲਘੂ ਨਾਲ ਰਜਾਏ ਹੋਏ ਅਤੇ ਉਸ ਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤ੍ਰੇਲਿਕ ਸਦੀਵ ਨਜ਼ਰਾਨ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ ਖਾਸ ਕਰਕੇ ਤੈਨੂੰ ਕੁਵਾਰ ਮਰੀਮ ਖੁਦਾ ਦੇ ਮਾਂ ਦੇ ਨਾਲ ਉਸੇ ਕੁਵਾਰੀ ਦਾ ਮੁਬਾਰਕ ਵਰਸਨ ਦੀ ਯੂਸਫ ਦੇ ਨਾਲ ਤੇਰੇ ਦਿਨ ਰਸੂਲਾਂ ਨਾਲ ਤੇਜਸੀ ਸ਼ਹੀਦਾਂ ਨਾਲ ਮਹਾਬਰਿਸ਼ ਸੰਤ ਮਿਖਾਇਲ, ਸੰਤ ਥੋਮਸ, ਸੰਤ ਪੈਟ੍ਰਿਕ, ਸੰਤ ਫ੍ਰਾਂਸਿਸ, ਸੰਤ ਦਾਨਿਨੀ, ਸੰਤ ਅਲਫੋਨਸ, ਸੰਤ ਤੇਰੇਸਾ, ਸੰਤ ਜੋਨ ਬਿਆਨੀ, ਸੰਤ ਪਾਦਰੇ ਪੀਓ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ 'ਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਓ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਦੇ ਮੁਕਤੀ ਲਈ ਆਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ 'ਤੇ ਫੈਲੀ ਯਾਤਰੀ ਕਲੀਸੀਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ, ਸਾਡੇ ਰਸੂਲੀ ਸੰਚਾਲਕ ਐਕਨੋਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੇ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ, ਇਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਇਹ ਦਿਆਲੂ ਬਾਪ ਸੰਸਾਰ ਭਰ ਦੇ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠਾ ਕਰਨ ਦੀ ਕਿਰਪਾ ਕਰ। ਸਾਡੇ ਸਾਰੇ ਮੋਏ ਹੋਏ ਭੈਣ ਭਰਾਵਾਂ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦੀਆਂ ਇਸ ਸੰਸਾਰ ਵਿੱਚੋਂ ਚਲਣਾ ਕਰ ਗਏ ਹਨ, ਮੇਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ।
ਉੱਤੇ ਅਸੀਂ ਤੇਰੀ ਬੜੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਖਾਲ ਰਹਿਣ ਨੂੰ ਉਮੀਦ ਰੱਖਦੇ ਹਾਂ ਸਾਡੇ ਪ੍ਰਭ ਮਸੀਹ ਦੇ ਰਾਹੀ, ਜਿਸ ਦੇ ਰਾਹੀ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰਾ ਹੀ ਹੈ ਸਦਾ ਤੋਂ ਸਦਾ ਤੀਕ। ਆਮੀਨ। ਸਾਡੇ ਮੁਕਤੀਦਾ ਦੇ ਹੁਕਮ ਦੇ ਮੁਤਾਬਕ ਅਤੇ ਉਸਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ, ਸਾਡੇ ਰੋਜ਼ ਰੋਟੀ ਐ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈ ਤੋਂ ਸਾਨੂੰ ਬਚਾ, ਆਪਣੇ ਰੇਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜਦ ਦਿਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ, ਹਰ ਮੁਸੀਬਤ ਤੋਂ ਸੁਰਗਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾ ਦੇ ਦੀ ਆਵਣ ਦੀ ਉਠੀ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਪ੍ਰਭ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹ ਨੂੰ ਨਹੀਂ ਸਗੋਂ ਆਪਣੀ ਕਲੀਸੇ ਦੀ ਮਾਂ ਨੂੰ ਵੇਖ ਅਤੇ ਉਸਨੂੰ ਆਪਣੇ ਮਰਜ਼ੀ ਮੁਤਾਬਕ ਸ਼ਾਂਤੀ ਦੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਨ ਦਾ ਦੇ ਰਾਜ ਕਰਤਾ ਹੈ ਸਦਾ ਤੂੰ ਸਦਾ ਤਿਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਪ੍ਰੇਮ ਭਾਵ ਸ਼ਾਂਤੀ ਦਾ ਸਲਾਮ ਦੇ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ, ਤਨ ਉਹ ਜਿਹੜੇ ਉਹਦੇ ਭੋਜਨ ਤੇ ਸੱਦੇ ਗਏ ਹਨ। ਪ੍ਰਭੂ ਮੈਂ ਸਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਲੈ ਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਆ ਜਾ ਨਾ ਬੋਝੇ ਉਠਾ,
ਕਹਿ ਕੇ ਪਾਈ ਬਾਬ ਨੂੰ ਬੁਲਾਵੇ ਪਾਲੋ ਰਿਹਾਈ ਅਸੀਂ ਪ੍ਰਾਰਥਨਾ ਕਰੀਏ। ਹੇ ਪ੍ਰਭੂ, ਤੂੰ ਆਪਣੇ ਪਰਿਵਾਰ ਦਾ ਨਿਰੰਤਰ ਬਚਾਓ ਕਰ, ਜਿਸ ਨੂੰ ਤੂੰ ਆਪਣੇ ਅਲਤਾਰ ਉੱਤੇ ਜੀਵਨ ਦੀ ਰੋਟੀ ਨਾਲ ਰਜਾਇਆ ਹੈ। ਸੰਧੀ ਯੂਸਫ ਦੇ ਮਹਾਨ ਤਿਉਹਾਰ ਨੂੰ ਖੁਸ਼ੀ ਨਾਲ ਮਨਾਉਂਦੇ ਹੋਏ ਅਸੀਂ ਤੇਰੇ ਅੱਗੇ ਬੇਨਤੀ ਕਰਦੇ ਹਾਂ ਕਿ ਤੂੰ ਆਪਣੇ ਬਾਪ ਵਰਗੇ ਪਿਆਰ ਦੇ ਤੋਹਫ਼ਿਆਂ ਨੂੰ ਸਾਡੇ ਵਿੱਚ ਸਾਂਭ ਕੇ ਰੱਖ, ਸਾਡੇ ਪ੍ਰਭੂ ਮਸੀਹ ਦੇ ਰਾਹੀ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਪਣੇ ਸੂਰਜ ਖਾਓ ਦੇ ਖੁਦਾ ਦੀ ਆਸ਼ੀਸ਼ ਲਈ ਦੁਆ ਕਰੋ। ਪੂਰੀ ਕੁਦਰਤ ਵਾਲੇ ਖੁਦਾ ਹਮੇਸ਼ਾ ਹਰ ਪਰੇਸ਼ਾਨੀ ਨੂੰ ਤੁਹਾਡੇ ਤੋਂ ਦੂਰ ਰੱਖੇ ਅਤੇ ਉਹ ਆਪਣੀ ਮਿਹਰ ਨਾਲ ਤੁਹਾਡੇ ਉੱਤੇ ਆਪਣੀਆਂ ਬਰਕਤਾਂ ਵਰਸਾ ਦੇਵੇ। ਆਮੀਨ। ਖੁਦਾ ਤੁਹਾਡੇ ਦਿਲਾਂ ਨੂੰ ਆਪਣੀ ਬਾਣੀ ਵੱਲ ਲਗਾਵੇ ਤਾਂ ਜੋ ਤੁਹਾਡੇ ਦਿਲ ਸਦੀ ਵੀ ਖੁਸ਼ੀ ਨਾਲ ਪ੍ਰੇਰਣ। ਆਮੀਨ। ਖੁਦਾ ਦੇ ਹੁਕਮਾਂ ਉੱਤੇ ਚੱਲਦੇ ਹੋਏ ਤੁਸੀਂ ਭਲੇ ਅਤੇ ਬੁਰਾਈ ਦੀ ਪਛਾਣ ਕਰ ਸਕੋ ਅਤੇ ਖੁਦਾ ਦੇ ਰਾਜ ਦਾ ਵਾਰਿਸ ਬਣ ਜਾਓ। ਆਮੀਨ। ਪੂਰੀ ਕੁਦਰਤ ਵਾਲੇ ਖੁਦਾ, ਬਾਪ ਤੇ ਬੇਟੇ ਤੇ ਰੂਹ ਪਾਕ ਦੇ ਵਰਕ ਤੁਹਾਡੇ ਉੱਤੇ ਉਤਰੇ ਅਤੇ ਸਦਾ ਤੁਹਾਡੇ ਨਾਲ ਰਹੇ। ਆਮੀਨ। ਮਸੀਹ ਦੇ ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਪਰ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇ ਤੂੰ ਖਾਲੀ ਕਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਨ ਹੰਗੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਕੁਆਰੀ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਯੂਸਫ ਏ ਬਾਪ ਪਿਆਰੇ, ਸੁਣੋ ਪਾਲਣ ਵਾਲੇ। ਯੂਸਫ ਏ ਬਾਪ ਪਿਆਰੇ, ਸੁਣੋ ਪਾਲਣ ਵਾਲੇ। ਮਿਹਨਤ ਦਾ ਮਿਹਨਤੀਆਂ ਨੂੰ ਸਬਕ ਸਿਖਾਲਣ ਵਾਲੇ। ਮਿਹਨਤ ਦਾ ਮਿਹਨਤੀਆਂ ਨੂੰ ਸਬਕ ਸਿਖਾਲਣ ਵਾਲੇ। ਯੂਸਫ ਏ ਬਾਪ ਪਿਆਰੇ, ਸੁਣੋ ਪਾਲਣ ਵਾਲੇ। ਬਾਪ ਪਿਆਰੇ, ਸੁਣੋ ਪਾਲਣ ਵਾਲੇ। ਦੱਸਿਆ ਜਦ ਪੇਦ ਇਲਾਹੀ, ਸੁਪਨੇ ਵਿੱਚ ਆਣ ਫਰਿਸ਼ਤੇ। ਦੱਸਿਆ ਜਦ ਪੇਦ ਇਲਾਹੀ, ਸੁਪਨੇ ਵਿੱਚ ਆਣ ਫਰਿਸ਼ਤੇ। ਮਰੀਮ ਨੂੰ ਘਰ ਵਿੱਚ ਲਿਆਂਦਾ, ਸੁਪਨੇ ਤੋਂ ਜਾਗਣ ਵਾਲੇ। ਮਰੀਮ ਨੂੰ ਘਰ ਵਿੱਚ ਲਿਆਂਦਾ, ਸੁਪਨੇ ਤੋਂ ਜਾਗਣ ਵਾਲੇ। ਯੂਸ
ਸੁਪੇ ਬਾਪ ਪਿਆਰੇ ਯੇਸੂ ਨੂੰ ਪਾਲਣ ਵਾਲੇ ਮਿਹਨਤ ਦਾ ਮਿਹਨਤੀਆਂ ਨੂੰ ਸਬਕ ਸਿਖਾਲਣ ਵਾਲੇ।